ਮਾਰਤਾ 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 ਜਵਾਨ ਜਹਾਨ ਮੁੰਡਾ ਲੁੱਟ ਲਈ ਮਾਰਤਾ। ਇੱਕ ਮਾਂ ਦੇ ਦੋ ਪੁੱਤ ਦੋਨੋਂ ਜ਼ਖਮੀ ਕਰਤੇ, ਦੋਨਾਂ ਨੂੰ ਹਸਪਤਾਲ ਪਹੁੰਚਾ ਗਿਆ ਜਿੱਥੇ ਇੱਕ ਦੀ ਮੌਤ ਹੋ ਗਈ ਅਤੇ ਦੂਸਰਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ। ਅਤੇ ਜਦੋਂ ਕਤਲ ਦੀ ਇਸ ਵਾਰਦਾਤ ਦੀ ਪੜਤਾਲ ਹੋਈ ਤਾਂ ਪਤਾ ਲੱਗਿਆ ਕਿ ਲੁੱਟ ਦੇ ਕਾਰਨ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਹਾਲਾਂਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਿੰਡ ਦੇ ਹੀ ਕੁਛ ਨੌਜਵਾਨ ਸੀ, ਪਰ ਇਸ ਦੀ ਵਜ੍ਹਾ ਲੁੱਟ ਦੱਸੀ ਜਾ ਰਹੀ ਹੈ। ਹਾਲਾਂਕਿ ਪੁਲਿਸ ਦੀ ਪੜਤਾਲ ਹਜੇ ਬਾਕੀ ਹੈ, ਤੁਸੀਂ ਆਪ ਹੀ ਦੇਖ ਲਵੋ ਕਿ ਇਹ ਪੂਰਾ ਮਾਮਲਾ ਤੜਕ ਪਏ। ਪੰਜਾਬੀ ਟੀਵੀ ਦੇ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਤੁਹਾਡਾ ਕੀ ਨਾਮ ਹੈ? ਮੈਂ ਪੱਲੀ ਜੀ। ਤੁਹਾਡਾ ਪੁੱਤਰ ਸੀ? ਹਾਂਜੀ, ਮੇਰਾ ਪੁੱਤਰ ਸੀ। ਮੈਂ ਬੋਕਰ ਪੂਜਾ ਕਰਨ ਆਈ, ਲੋਕਾਂ ਨੇ ਕਿਹਾ ਤਿੰਨਾ ਚੋ ਕਰਨ ਦਾ ਪੁੱਤ ਕੰਮ ਫੜਿਆ। ਮੈਂ ਕੰਮ ਕਰਦੀ, ਮੈਨੂੰ ਇਹਨੇ ਸੁਣਾ ਦਿੱਤਾ ਤੇਰਾ ਮੁੰਡਾ ਬੋਰ ਨੂੰ ਮਾਰਿਆ ਛੱਤੀ ਆਇਆ। ਉਸ ਦਾਤ ਦੇ ਵਿੱਚ ਮੈਂ ਆਈ, ਇਹਦੇ ਵੇਖਿਆ ਮੇਰਾ ਮੁੰਡਾ ਮਾਰ ਚੜਿਆ ਲੋਕਾਂ। ਕਿੰਨ ਮਾਰਿਆ? ਮੈਨੂੰ ਇਹ ਹੁਣ ਇਹਨਾਂ ਨੇ ਪਤਾ ਮੁੰਡੇ ਰਾਜ ਪੈ ਗਿਆ, ਮੁੰਡਿਆਂ ਨੇ ਮਾਰਤਾ ਜੇ। ਗੱਲ ਕੀ ਹੋਈ? ਕੋਈ ਪਤਾ ਲੱਗਾ ਨਹੀਂ, ਮੇਰੇ ਨਹੀਂ ਪਤਾ ਨਹੀਂ। ਯਾਰ ਝਗੜਾਈ ਕਰ ਬੈਠੇ ਜੇ, ਵੀ ਝਗੜਾਈ ਹੋਇਆ ਮੇਰੇ ਪੁੱਤ ਕੋ ਵੀ ਨਹੀਂ ਜਿਹੜਾ ਇਹਨੂੰ ਦੇ ਦਿੰਦੇ। ਅਸੀਂ ਗਰੀਬ ਜੇ, ਮਿਹਨਤ ਕਰਨ ਵਾਲੇ ਜੇ, ਮਿਹਨਤ ਕਰਕੇ ਹੀ ਖਾਂਦੇ। ਦਿਹਾੜੀਦਾਰ ਕਰਦੇ, ਬੱਚੇ ਮੇਰੇ ਦਿਹਾੜੀ ਕਰਦੇ ਨੇ, ਕੰਮ ਵਾਲਾ ਮੇਰਾ ਦਿਹਾੜੀ ਕਰਦਾ ਵਾ। ਅਸੀਂ ਅਸੀਂ ਰੋਟੀ ਪਾਣੀ ਇੱਦਾਂ ਹੀ ਆਪਣਾ ਚਲਾ ਨਹੀਂ ਲਾਉਂਦੇ ਨੇ, ਇੱਦਾਂ ਕਰਦੇ ਲੋਕਾਂ ਦਾ ਤੇਲ ਲੈਣ ਕਰੀਦਾ। ਜਿੱਦਾਂ ਅਸੀਂ ਜੀ ਜਿਹੜਾ ਵੀ ਕੋਈ ਨੌਕਰੀ ਵਾਲਾ ਨਹੀਂ ਸਾਡਾ ਹੈਗਾ, ਕੋਈ ਸਾਡੇ ਨਹੀਂ ਦਿਹਾੜੀਦਾਰ ਹੀ ਹੈਗੇ ਜੀ, ਮਿਹਨਤ ਕਰਦੇ। ਕੀ ਨਾਮ ਤੁਹਾਡਾ? ਤੁਹਾਡਾ ਬੇਟਾ ਹੈ? ਹਾਂਜੀ। ਕੀ ਗੱਲ ਹੋਈ ਜੀ? ਮੈਂ ਤਾਂ ਮੈਨੂੰ ਪਤਾ ਕੋਈ ਨਹੀਂ ਕੀ ਪਤਾ ਜੀ, ਮੇਰੇ ਪੱਠੇ ਵੜਦਾ ਆਇਆ ਜੀ, ਪੱਠੇ ਵੜ ਕੇ ਛੋੜ ਕੇ ਸਭ ਮੈਂ ਜੁੜ ਗਿਆ। ਮੈਨੂੰ ਪਿੰਡ ਦੇ ਬੰਦੇ ਕਹਿੰਦੇ ਤੇਰੇ ਤੇਰੇ ਮੁੰਡੇ ਦੇ ਕਰਜਾ ਮਾਰ ਕੇ ਚੱਕ, ਮੈਂ ਪੱਠੇ ਛੋੜ ਕੇ ਤੱਪੜ ਫੜ ਕੇ ਭੱਜਾਇਆ ਜੀ। ਕੀ ਗੱਲ, ਕੋਈ ਪਤਾ ਲੱਗੇ ਕੀ ਹੋਈ ਹੈ? ਗੱਲ ਤਾਂ ਕੋਈ ਪਤਾ ਲੱਗਿਆ ਨਹੀਂ, ਪਤਾ ਲੱਗਿਆ ਮੈਨੂੰ ਲੱਗਦਾ, ਪਤਾ ਫਿਰ ਮੈਨੂੰ ਪਤਾ ਲੱਗਦਾ ਤੇ ਮੈਂ ਪਤਾ ਲੱਗਦਾ ਗੱਲ 'ਚ ਤਾਂ ਗੱਲ ਕੀਤਾ ਦਾ ਜੇ ਇਹਨੂੰ ਦੱਸਿਆ ਵੀ ਕੋਈ ਕਰਜਾ ਮਾਰੀ ਕਰਦੇ ਨੇ, ਤੇ ਮੈਂ ਉੱਥੇ ਭੱਜਾਇਆ ਜੀ। ਤੇ ਕਿਰਚਾ ਮਾਰੀਆਂ ਕਿੰਨ? ਰਜੀਤ ਸਰਕਾਰ ਪੁਲਿਸ ਆ ਗਈ ਸੀ ਉਸ ਵੇਲੇ? ਪੁਲਿਸ ਵਾਲੇ ਪੁਲਿਸ ਆ ਗਈ ਕਿ ਨਹੀਂ ਆ ਗਈ, ਪੁਲਿਸ ਮੁਕਾਬਲੇ ਗਈ ਕਿ ਨਹੀਂ ਗਈ? ਤੇ ਕੀ ਹੁਣ ਤੁਸੀਂ ਕੀ, ਤੁਹਾਡੀ ਕੀ ਚਾਹੁੰਦੇ ਹੋ ਤੁਸੀਂ? ਅਸੀਂ ਚਾਹੁੰਦੇ ਵੀ ਮੈਨੂੰ ਫੜੋ, ਕਹਿੰਦੇ ਮੈਨੂੰ ਫੜੋ ਫੜਨ, ਇਹਨੂੰ ਪੁੱਛ ਕਹਿੰਦੇ ਤੈਨੂੰ ਕਿਹੜੇ ਬੰਦੇ ਮੈਨੂੰ ਮਾਰਦੇ, ਇਹਨੂੰ ਕੋਈ ਬਿਆਨ ਲੈਣੇ, ਕਿਹੜੇ ਬੰਦੇ ਨੂੰ ਕਿਹਾ ਵਾ ਜਦ ਕੇ ਦੁੱਖ ਬਣਿਆ ਪਿੰਡ ਨੂੰ ਕਿਹਾ ਵੀ ਕੁਝ ਦੇਰ ਪਹਿਲੇ ਮਗਰ ਤੇਰੇ ਪੈਸੇ ਲਾ ਤੇ ਮੈਨੂੰ ਮਾਰ ਦਿਓ, ਇਹ ਬਿਆਨ ਵੀ ਦੱਸੇਗਾ ਹੁਣ ਫੜੇ ਜਾਏਗਾ ਪੁੱਠੇ ਫੁੱਟ ਵੇਖ। ਪਹਿਲਾਂ ਵੀ ਕੋਈ ਰੰਜਿਸ਼? ਨਾ ਜੀ, ਨਾ ਸਾਡੇ ਕੋਲ ਕਦੀ ਆਇਆ ਨਹੀਂ, ਕਦੀ ਗਿਆ ਨਹੀਂ, ਕਹਿ ਦਿੰਦੇ ਆਪਾਂ ਤੂੰ ਮੈਂ ਵੱਖਰੀ ਗੱਲ ਹੈ ਜੇ ਮੋੜਿਆ ਮੋੜਿਆ ਦੀ। ਠੀਕ ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:15 11:30 ਵਜੇ ਇੱਕ ਪੱਖੋ ਕੇਟਾਲੀ ਸਾਹਿਬ ਦਾ ਆਦਮੀ ਹੈ ਰਾਜੂ ਮਸੀਹ, ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਵੱਲੋਂ, ਅਤੇ ਉਸ ਦੇ ਸੰਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ 'ਤੇ ਰੇਡ ਕੀਤੀ ਜਾ ਰਹੀ ਅਤੇ FIR ਉਹਨਾਂ ਦੇ ਕਰਾਰ ਦੇ ਬਿਆਨਾਂ 'ਤੇ FIR ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ। ਕਾਰਨ ਇਹਨਾਂ ਦਾ ਆਪ ਇੱਕੋ ਪਿੰਡ ਦੇ ਹੀ, ਉਹਨੂੰ ਕਿ ਪੈਸੇ ਦੀ ਇਹਦੇ ਕੋਲ ਡਿਮਾਂਡ ਕੀਤੀ ਹੈ, ਜਿਸ ਤੋਂ ਇਹਨਾਂ ਦਾ ਆਪਸ 'ਚ ਗਾਲੀ ਗਲੋਚ ਹੋ ਗਿਆ ਅਤੇ ਉਹ ਤੋਂ ਬਾਅਦ ਉਸ ਬੰਦੇ ਨੇ ਕਿਰਚਨਾ ਇਹ 'ਤੇ ਹਮਲਾ ਕਰ ਦਿੱਤਾ, ਜਿਹਦੇ ਨਾਲ ਇਹਦੀ ਡੈਥ ਹੋ ਗਈ, ਨਾਲ ਇਹਦੇ ਬ੍ਰਦਰ 'ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਅੱਗੇ ਹੋਇਆ। ਉਹ ਪੱਖੋ ਕੇਟਾਲੀ ਸਾਹਿਬ ਦਾ ਆ ਪਿੰਡ ਦਾ, ਗੁਰਜੀਤ ਸਿੰਘ ਉਹਦਾ ਨਾਮ ਆ, ਜਿਹਦੇ 'ਤੇ ਪਰਚਾ ਦਰਜ ਕਰਕੇ ਅਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਗਈਆਂ।
ਜਲਦ ਤੋਂ ਜਲਦ ਇਹਦੀ ਗ੍ਰਿਫ਼ਤਾਰੀ ਕੀਤੀ ਜਾ ਰਹੀ ਹੈ। ਵੱਖ ਵੱਖ ਟੀਮਾਂ ਬਣਾ ਕੇ ਥਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੇਡ ਕੀਤੇ ਜਾ ਰਹੇ, ਛੇਤੀ ਕਾਮਯਾਬੀ ਮਿਲੂਗੀ। ਧੰਨਵਾਦ।